ਦੇਸ਼ ਵਿਦੇਸ਼ ਦੀ ਧਰਤੀ ਤੇ ਵਸਦੇ ਹੋਏ ਸੰਗਤ ਰੂਪ ਸਰੋਤਿਆਂ ਨੂੰ ਦਾਸ ਵੱਲੋਂ ਫਤਿਹ ਅਰਜ ਹੈ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪਾਂ ਜਪਜੀ ਸਾਹਿਬ ਦੀ 16 ਨੰਬਰ ਪੌੜੀ ਜਿਸ ਨੂੰ ਵਿਚਾਰਨ ਦਾ ਯਤਨ ਕਰ ਰਹੇ ਹਾਂ ਔਰ ਪਹਿਲੀਆਂ ਦੋ ਪੰਕਤੀਆਂ ਆਪਾਂ ਸਪੌੜੀ ਵਿੱਚੋਂ ਜੋ ਅੱਗੇ ਜਾ ਕੇ ਵਿਚਾਰੀਆਂ ਸਨ ਤੌਲ ਧਰਮ ਦਇਆ ਕਾਪੂਤ ਸੰਤੋਖ ਥਾਪ ਰੱਖਿਆ ਜਨਸੂ ਅਗੇ ਕਹਿੰਦੇ ਜੇ ਕੋ ਬੁੱਝਾ ਹੋਵੇ ਸਚਿਆਰ ਤਵਲੇ ਉੱਪਰ ਕੇਤਾ ਪਾਰ ਕਹਿੰਦੇ ਜੇ ਕੋਈ ਸਚਿਆਰ ਮਨੁੱਖ ਇਸ ਬਾਤ ਨੂੰ ਜਿਹੜਾ ਉਹ ਸਮਝ ਲਏ ਕੋਈ ਮਨੁੱਖ ਉਸ ਦੀ ਦੱਸੀ ਵਿਚਾਰ ਨੂੰ ਤਉ ਇਸ ਜੋਗ ਹੋ ਜਾਂਦਾ ਹੈ ਉਸ ਦੇ ਅੰਦਰ ਅਕਾਲ ਪੁਰਖ ਦਾ ਪ੍ਰਕਾਸ਼ ਹੋ ਜਾਏ ਸਚਿਆਰ ਹੋ ਜਾਏ ਤੇ ਖਿਆਲ ਬਲਦ ਉੱਤੇ ਧਰਤੀ ਦਾ ਕਿੰਨਾ ਕੋ ਬਯੰਤ ਭਾਰ ਹੈ ਤੋ ਵਿਚਾਰਾ ਕਿੰਨਾ ਭਾਰ ਚੁੱਕ ਕੇ ਖਲੋਤਾ ਦੂਜੀ ਵਿਚਾਰ ਰੁਰ ਕਿ ਧਰਤੀ ਇੱਥੇ ਬਲਦ ਉਸ ਬਲਦ ਨੂੰ ਸਹਾਰਾ ਦੇਣ ਲਈ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਉਹ ਕਿਦੇ ਜੋਰ ਕਿਦੇ ਬਲ ਤੇ ਖਲੋਤਾ ਹੈ ਕਹਿੰਦੇ ਇਸੇ ਲਈ ਬਲਦ ਤੋਂ ਪਹਾੜ ਸਹਾਰਨ ਲਈ ਉਸਤੇ ਹੇਠ ਕਿਹੜਾ ਆਸਰਾ ਹੋਵੇਗਾ ਇਹ ਬਾਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਭਾਈ ਅਸਲ ਵਿੱਚ ਉਹਦੇ ਹੁਕਮ ਦੇ ਵਿੱਚ ਸਭ ਕੁਝ ਵਜਾ ਹੋਇਆ ਆਸਾ ਕੀ ਵਾਰ ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪੜਦੇ ਤੇ ਸਹਿਬ ਕਹਿੰਦੇ ਭੈ ਵਿੱਚ ਪਵਨ ਵਹਿ ਸਦਵਾਓ ਭੈ ਵਿੱਚ ਚੱਲੈ ਲਖ ਦਰਿਆਓ ਭੈ ਵਿੱਚ ਸੂਰਜ ਭੈ ਵਿੱਚ ਚੰਦ ਉਹ ਕਰੋੜੀ ਚਲਤਨਾ ਅੰਤ ਉਥੇ ਇਹ ਵੀ ਬਚਨ ਵਰਤਿਆ ਪੈ ਵਿੱਚ ਧਰਤੀ ਦੱਬੀ ਪਾਰ ਕਹਿੰਦੇ ਉਹਦੇ ਪੈ ਦੇ ਵਿੱਚ ਤਰਤ ਜਿਹੜੀ ਉਹ ਸਮਾਲਕ ਨੇ ਟਕਾਈ ਉਸ ਅਕਾਲ ਪੁਰਖ ਨੇ ਕਿਰਪਾ ਕੀਤੀ ਹੈ ਅਗਲਾ ਬਚਨ ਕਹਿੰਦੇ ਜੀ ਜਾ ਤਰੰਗਾ ਕੇ ਨਾਮ ਸ੍ਰਿਸ਼ਟੀ ਵਿੱਚ ਕਈ ਤਰ੍ਹਾਂ ਦੀਆਂ ਜਾਤਾਂ ਹੁਣ ਜਾਤਾਂ ਦਾ ਭਾਵੇਂ ਮਤ ਸਮਝ ਲੈਣਾ ਵੀ ਜਿਹੜੀਆਂ ਅਸੀਂ ਜਾਤਾਂ ਕਹਿੰਨੇ ਹਾਂ ਫਲਾਣੇ ਦੀ ਆ ਜਾਤ ਹੈ ਜਿਉਂ ਉਹ ਜਾਤ ਆ ਲਿਆ ਜ ਨਹੀਂ ਇਹ ਜਾਤਾਂ ਨਹੀਂ ਸ੍ਰਿਸ਼ਟੀ ਵਿੱਚ ਕਈ ਜਾਤਾਂ ਦੇ ਕਈ ਕਿਸਮਾਂ ਤੇ ਕਈ ਨਾਵਾਂ ਦੇ ਇੱਥੇ ਜਾਤ ਤੋਂ ਭਾਵ ਹੈ ਜਿਵੇਂ ਮਨੁੱਖ ਇੱਕ ਜਾਤੀ ਹੈ। ਇਨਸਾਨ ਸਾਡੀ ਜਾਤ ਕੀ ਅਸੀਂ ਇਨਸਾਨ ਆ ਬਸ। ਤਾਂ ਹੀ ਦਸਮ ਪਾਤਸ਼ਾਹ ਮਹਾਰਾਜ ਦਾ ਬਚਨ ਪੜੋਗੇ। ਕੋਊ ਭਇਓ ਮੁੰਡਿਆ ਸੰਿਆਸੀ ਕੋਊ ਬ੍ਰਹਮਚਾਰੀ ਕੋਊ ਜਤੀ ਅਨਮਾਨਵ। ਹਿੰਦੂ ਤੁਰਕ ਕੋਊ ਰਾਫ ਜੀ ਇਮਾਮ ਸਾਫੀ। ਮਾਨਸ ਕੀ ਜਾਤ ਸਬੈ ਇੱਕ ਕਾਹ ਪਹਿਚਾਨ ਉਹ ਮਾਨਸ ਜਾਤ ਕਬੀਰ ਮਾਟੀ ਕੇ ਹਮ ਪੁੱਤਰੇ ਮਾਨਸ ਰਖਿਓ ਨਾ ਅਸੀਂ ਮਾਨਸ ਹਾਂ ਜੋ ਸਾਡੀ ਅਸਲ ਜਾਤ ਹੈ ਬਾਕੀ ਜਾਤਾਂ ਬਾਦ ਵਿੱਚ ਨੇ ਅਸੀਂ ਇਹਨੂੰ ਉਹ ਜਾਤ ਨਹੀਂ ਸਮਝਣਾ ਜੀ ਜਾਤ ਕਈ ਜਾਤਾਂ ਦੇ ਵੱਖ-ਵੱਖ ਮਨੁੱਖ ਇੱਕ ਜਾਤੀ ਹੈ ਜਾਨਵਰ ਹੈ ਇਸ ਤਰ੍ਹਾਂ ਹੋਰ ਬਹੁਤ ਕੁਝ ਹੈ ਕਈ ਕਹਤੇ ਕਈ ਨਾਵਾਂ ਦੇ ਜੀਵ ਹਨ ਰੰਗਾਂ ਕੇ ਨਾਮ ਕਈ ਨਾਵਾਂ ਦੇ ਜੀਵਨ ਸਭਣਾ ਨੇ ਇੱਕ ਤਾਰ ਚੱਲਦੀ ਕਲਮ ਨਾਲ ਅਕਾਲ ਪੁਰਖ ਦੀ ਕੁਦਰਤ ਦਾ ਲੇਖਾ ਲਿਖਿਆ ਹੈ ਸਬਣਾ ਲਿਖਿਆ 부ੜੀ ਕਲਾਮ 부ੜੀ ਕਲਾਮ ਦਾ ਮਤਲਬ ਹੈ ਜੋ ਬੇਰੋਕ ਚੱਲ ਰਹੀ ਉਸ ਮਾਲਕ ਦੀ ਕਲਮ ਸਾਡੇ ਸਾਰਿਆਂ ਤੇ ਉਹ ਲੇਖਾ ਉਸ ਮਾਲਕ ਨੇ ਲਿਖਿਆ ਤੇ ਕੋਈ ਵਿਰਲਾ ਮਨੁੱਖ ਹੈ ਇਹ ਲੇਖਾ ਲਿਖ ਜਾਣਾ ਕੋਏ ਕੋਈ ਵਿਰਲਾ ਮਨੁੱਖੇ ਲੇਖਾ ਲਿਖਣਾ ਜਾਣਦਾ ਪਾਪ ਪ੍ਰਮਾਤਮਾ ਦੀ ਕੁਦਰਤ ਦਾ ਅੰਤ ਜਿਹੜਾ ਉਹ ਨਹੀਂ ਪਾਇਆ ਜਾ ਸਕਦਾ ਕਹਿੰਦੇ ਉਹ ਮਾਲਕ ਅਕਾਲ ਪੁਰਖ ਦੀ ਜੋ ਕੁਦਰਤ ਹੈ ਪਰਮੇਸ਼ਰ ਦੀ ਲੇਖਾ ਲਿਖਿਆ ਕੀਤਾ ਹੋਏ ਜੇ ਅੰਦਾਜ਼ਾ ਲਗਾ ਵੀ ਲਈਏ ਤੇ ਉਹ ਕਿਤਨਾ ਵੱਡਾ ਹੋ ਜਾਏਗਾ ਉਹ ਲੇਖਾ ਲਿਖਿਆ ਨਹੀਂ ਜਾ ਸਕਦਾ ਉਹ ਪਾਇਆ ਨਹੀਂ ਜਾ ਸਕਦਾ ਪਾਪ ਪ੍ਰਮਾਤਮਾ ਦੀ ਕੁਦਰਤ ਦਾ ਅੰਤ ਕੋਈ ਵੀ ਜੀਵ ਜਿਹੜਾ ਉਹ ਪਾ ਨਹੀਂ ਸਕਦਾ ਔਰ ਨਾਲ ਕਹਿੰਦੇ ਲੇਖਾ ਲਿਖਿਆ ਕੀਤਾ ਹੋਏ ਜੋ ਲਿਖ ਵੀ ਲਿਆ ਤੇ ਕਿੱਡਾ ਵੱਡਾ ਕਾਦੇ ਤੇ ਲਿਖਾਂਗੇ ਕੇਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੈ ਕੌਣ ਕੂਤਕਾਲ ਪੁਰਖ ਦਾ ਬੇਅੰਤ ਬਲ ਕੇਤਾ ਤਾਣ ਉਹਦਾ ਕਿੱਡਾ ਵੱਡਾ ਬਲ ਹੈ ਬੇਅੰਤ ਸੁੰਦਰ ਰੂਪ ਹੈ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਹਦਾ ਰੂਪ ਵੀ ਨਹੀਂ ਕਿਹਾ ਜਾ ਸਕਦਾ ਔਰ ਕੂਤ ਦਾ ਅਰਥ ਹੈ ਅੰਦਾਜ਼ਾ ਉਹਦੀਆਂ ਦਿੱਤੀਆਂ ਦਾਤਾਂ ਦਾ ਅੰਦਾਜ਼ਾ ਵੀ ਜਿਹੜਾ ਨਹੀਂ ਲਗਾਇਆ ਜਾ ਸਕਦਾ ਫਿਰ ਨਾਲ ਕਹਿੰਦੇ ਨੇ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲਖ ਦਰੀਆ ਉਹ ਮਾਲਕ ਨੇ ਕੋ ਬੋਲ ਦੇ ਨਾਲ ਕਵਾਓ ਦਾ ਅਰਥ ਹੈ ਬੋਲ ਉਹਨੇ ਇੱਕੋ ਬੋਲ ਬੋਲਿਆ ਸੰਸਾਰ ਦਾ ਪਸਾਰਾ ਇਹ ਨਹੀਂ ਵੀ ਕਿੰਨੇ ਦਿਨੋਂ ਲੱਗਾ ਰਿਹਾ ਤੇ ਅਸੀਂ ਆਖਿਆ ਜੀਓ ਇੰਨੇ ਦਿਨ ਕੰਮ ਕਰਦਾ ਰਿਆ ਅਖੀਰ ਤੇ ਹਫਤੇ ਤੇ ਉਹਨੂੰ ਛੁੱਟੀ ਲੈਣੀ ਪਈ ਅਸੀਂ ਆਪਣੇ ਵਰਗਾ ਸਮਝ ਲਿਆ ਉਹਨੇ ਤਾਂ ਬੋਲ ਕਿਆ ਤੇ ਸੰਸਾਰ ਦਾ ਪਸਾਰ ਆਗ ਇੱਕ ਬੋਲ ਹੀ ਕਹਿਣਾ ਤੇ ਸੰਸਾਰ ਦਾ ਨਵੇੜਾ ਹੋ ਜਾਣਾ ਹਰਨ ਭਰਨ ਜਾ ਕਾ ਨੇਤਰ ਫੋਰ ਬਣਾਉਣਾ ਤੇ ਮਟਾਉਣਾ ਅੱਖ ਦੇ ਫਰਕ ਵਿੱਚ ਅਖੀਰ ਤੇ ਕਹਿੰਦੇ ਨੇ ਉਹਦੇ ਤੋਂ ਹੀ ਤਸਤੇ ਹੋਏ ਲਖ ਦਰਿਆਓ ਇਹ ਸਭ ਜਿੰਦਗੀਆਂ ਚੱਲੀਆਂ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਮੇਰੇ ਵਿੱਚ ਤਾਕਤ ਨਹੀਂ ਮੈਂ ਤੇਰੀ ਵਡਿਆਈ ਕਰ ਸਕਾਂ ਤੇਰੇ ਤੋਂ ਇੱਕ ਵਾਰ ਵੀ ਕੁਰਬਾਨ ਨਹੀਂ ਜਾ ਸਕਦਾ ਮਾਲਕ ਮੈਂ ਹੱਥ ਜੋੜ ਕੇ ਹੀ ਕਹਿੰਦਾ ਹਾਂ ਜੋ ਤੈਨੂੰ ਪਾਉਂਦਾ ਹੈ ਉਹੀ ਅਸਲ ਵਿੱਚ ਸਹੀ ਹੈ ਕਿਉਂਕਿ ਤੇਰੀ ਕੁਦਰਤ ਸਦਾ ਸਲਾਮਤ ਤੂੰ ਆਪ ਸਦਾ ਸਲਾਮਤ ਰਹਿਣ ਵਾਲਾ ਹੈ ਮੈਂ ਤੇਰੇ ਹੁਕਮ ਦੇ ਵਿੱਚ ਹਾਂ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੀਆਂ ਖਬਰਾਂ ਵੇਖਣ ਲਈ ਜੁੜੇ ਰਹੋ ਦੈਨਿਕ ਸਵੇਰਾ ਦੇ ਨਾਲ ਦੇਸ਼ ਵਿਦੇਸ਼ ਦੀ ਤਰਤੀਤੇ ਵਸਦੇ ਹੋਏ ਸੰਗਤ ਰੂਪ ਸਰੋਤਿਆਂ ਨੂੰ ਦਾਸ ਵੱਲੋਂ ਫਤਿਹ ਅਰਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਜਪਜੀ ਸਾਹਿਬ ਜਿਸ ਦੀ ਅੱਜ 17 ਨੰਬਰ ਪੌੜੀ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਓ ਅਕਾਲ ਪੁਰਖ ਦੀ ਰਚਨਾ ਵਿੱਚ ਹੁਣ ਤਿੰਨ ਪੌੜੀਆਂ ਅਸੰਖ ਸ਼ਬਦ ਸੰਖ ਦਾ ਅਰਥ ਹੁੰਦਾ ਹੈ ਸੰਖਿਆ ਗਿਣਤੀ ਤੇ ਅਸੰਖ ਜਿਸ ਦਾ ਭਾਵ ਜੀ ਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਅਕਾਲ ਪੁਰਖ ਦੀ ਰਚਨਾ ਵਿੱਚ ਮਹਾਰਾਜ ਕਹਿੰਦੇ ਆ ਅਣਗਿਣਤ ਜੀਵ ਨੇ ਜੋ ਜਪ ਕਰ ਰਹੇ ਨੇ ਅਸੰਖ ਜਪ ਕਿੰਨੇ ਕੋ ਉਹਨੂੰ ਜਪ ਰਹੇ ਆ ਜਿਹਦੀ ਵੀ ਕੋਈ ਗਿਣਤੀ ਨਹੀਂ ਇਹਦਾ ਵੀ ਕੋਈ ਲੇਖਾ ਨਹੀਂ ਔਰ ਅਸੰਖ ਪਾਉ ਉਹ ਵੀ ਅਣਗਿਣਤ ਨੇ ਜਿਹੜੇ ਉਸ ਮਾਲਕ ਨੂੰ ਪਿਆਰ ਕਰਦੇ ਆ ਤੇ ਉਹਦੀ ਬਣਾਈ ਖਲਕਤ ਨੂੰ ਵੀ ਪਿਆਰ ਕਰਦੇ ਕਿਉਂਕਿ ਜਿਹੜਾ ਉਸ ਮਾਲਕ ਨੂੰ ਪਿਆਰ ਕਰਦਾ ਨਾ ਪਰਮੇਸ਼ਰ ਨੂੰ ਉਹਦੀ ਬਣਾਈ ਖਲਕਤ ਨਾਲ ਨਫ਼ਰਤ ਨਹੀਂ ਕਰ ਸਕਦਾ ਬਾਬੇ ਫਰੀਦ ਦਾ ਸ਼ਲੋਕ ਆਪਾਂ ਪੜ੍ਹਦੇ ਆ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਹੀਂ ਕਿੰਦੇ ਫਿਰ ਉਹਦੀ ਖਲਕਤ ਨੂੰ ਕਿਵੇਂ ਜਿਵੇਂ ਤੁਸੀਂ ਇਹ ਸੁਭਾਅਕ ਦੀ ਬਾਤ ਹੈ ਜੈਸੇ ਤੁਸੀਂ ਕਿਸੇ ਮਨੁੱਖ ਨੂੰ ਪਿਆਰ ਕਰਦੇ ਹੋ ਤੇ ਬੱਚਿਆਂ ਨਾਲ ਨਫ਼ਰਤ ਕਰੋਗੇ ਤਾਂ ਉਹ ਤੁਹਾਨੂੰ ਕਦੋਂ ਚੰਗਾ ਸਮਝੇਗਾ ਇਹ ਜਿਤਨਾ ਵੀ ਸੰਸਾਰ ਹੈ ਸਭ ਪਰਮੇਸ਼ਰ ਅਕਾਲ ਪੁਰਖ ਦੇ ਬੱਚੇ ਨੇ ਤੇ ਜਦੋਂ ਕੋਈ ਉਸ ਨਿਰੰਕਾਰ ਦੀ ਇਬਾਦਤ ਵਿੱਚ ਜੁੜਦਾ ਹੈ ਤਾਂ ਉਹ ਉਹਦੀ ਬਣਾਈ ਹੋਈ ਕਾਇਨਾਤ ਉਹਦੇ ਬਣਾਏ ਹੋਏ ਸੰਸਾਰ ਉਹਦੇ ਬੱਚਿਆਂ ਨੂੰ ਉਹਦੀ ਖਲਕਤ ਨੂੰ ਵੀ ਪਿਆਰ ਕਰਨ ਵਾਲਾ ਉਹਦੀ ਕੁਦਰਤ ਨੂੰ ਵੀ ਪਿਆਰ ਕਰਨ ਵਾਲਾ ਹੈ ਤਾਂ ਕਰਕੇ ਕਹਿੰਦੇ ਅਸੰਖੇ ਜੀਵ ਨੇ ਜਿਹੜੇ ਸਾਰੇ ਨਾਲ ਪਿਆਰ ਦਾ ਵਰਤਾਓ ਕਰਦੇ ਅਸੰਖ ਪੂਜਾ ਅਸੰਖ ਤਪ ਤਾਉ ਕਈ ਜੀਵ ਜਿਹੜੇ ਉਸ ਦੀ ਪੂਜਾ ਵਿੱਚ ਲੱਗੇ ਹੋਏ ਨੇ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਸੁਖਮਣੀ ਸਾਹਿਬ ਦੀ ਪਾਵਨ ਬਾਣੀ ਕਰੋੜਾਂ ਨੇ ਜਿਹੜੇ ਉਹਦੀ ਪੂਜਾ ਕਰਨ ਵਿੱਚ ਲੱਗੇ ਹੋਏ ਨੇ ਔਰ ਪੂਜਾ ਇੱਕ ਦੁਨਿਆਵੀ ਤੌਰ ਤੇ ਜਿਸ ਢੰਗ ਨਾਲ ਕੀਤੀ ਜਾਂਦੀ ਗੁਰਮਤ ਵਿੱਚ ਪੂਜਾ ਦਾ ਅਰਥ ਹੈ ਉਸ ਮਾਲਕ ਦੀ ਪੂਜਾ ਉਸ ਦਾਤੇ ਦੀ ਪੂਜਾ ਦੇ ਵਿੱਚ ਜੁੜਨਾ ਗੁਰਮਤ ਦੀ ਪੂਜਾ ਹੈ ਪੂਜਾ ਕੀਚੇ ਨਾਮ ਧਿਆਈਏ ਵਿਣਨਾਮੈ ਪੂਜਨਾ ਹੋਏ ਉਹਦੇ ਨਾਮ ਤੋਂ ਬਿਨਾਂ ਉਸ ਮਾਲਕ ਦੀ ਪੂਜਾ ਜਿਹੜੀ ਉਹ ਨਹੀਂ ਹੋ ਸਕਦੀ ਅਸੰਖ ਪੂਜਾ ਸੰਖ ਤਪ ਤਉ ਕੋਈ ਜੀਵ ਪੂਜਾ ਕਰਦੇ ਕਰ ਰਹੇ ਹਨ ਅਤੇ ਅਣਗਿਣਤੀ ਜੀਵ ਤਪ ਸਾਧ ਰਹੇ ਹਨ ਸੰਖ ਤਪ ਤਉ ਅਸੰਖਾਂ ਹੀ ਉਹ ਨੇ ਜਿਹੜੇ ਉਸ ਮਾਲਕ ਦੇ ਤਪ ਦੇ ਵਿੱਚ ਪਾਵ ਕੇ ਆਪਣੇ ਤਰੀਕੇ ਦੇ ਨਾਲ ਤਪ ਸਾਧਦੇ ਨੇ ਤਪੱਸਵੀ ਬਣੇ ਹੋਏ ਨੇ ਅਸੰਖ ਗ੍ਰੰਥ ਮੁਖ ਵੇਦ ਪਾਠ ਬੇਅੰਤ ਜੀਵ ਵੇਦਾਂ ਤੇ ਹੋਰ ਧਾਰਮਿਕ ਪੁਸਤਕਾਂ ਦੇ ਪਾਠ ਮੂਹ ਨਾਲ ਕਰ ਰਹੇ ਹਨ ਕਿੰਨੇ ਅਸੰਖੇ ਜੀਵ ਜਿਹੜੇ ਨੇ ਉਹ ਧਾਰਮਿਕ ਗ੍ਰੰਥ ਵੇਦ ਇਤਿਆਦਿਕ ਆਪਣੀ ਰਸਨਾ ਨਾਲ ਪੜ੍ਹ ਰਹੇ ਨੇ ਧਾਰਮਿਕ ਗ੍ਰੰਥਾਂ ਨੂੰ ਅਸੰਖ ਜੋਗਮਨ ਰਹੇ ਉਦਾਸ ਅਸੰਖੀ ਜਿਹੜੇ ਨੇ ਉਹ ਜੋਗ ਸਾਧਨਾ ਕਰਦੇ ਹੋਏ ਯੋਗ ਸਾਧਨਾ ਵਿੱਚ ਜੁੜੇ ਤੇ ਮਾਇਆ ਵੱਲੋਂ ਉਪਰਾਮ ਇੱਕ ਉਦਾਸੀ ਹੋਣਾ ਘਰ-ਬਾਰ ਤਿਆਗਣਾ ਹੈ ਆਪਣੇ ਪਰਿਵਾਰ ਨੂੰ ਛੱਡਣਾ ਹੈ ਇੱਕ ਉਦਾਸੀ ਸੰਸਾਰ ਵਿੱਚ ਰਹਿੰਦੇ ਆਂ ਕਿਰਤਕਾਰ ਵਿੱਚ ਰਹਿੰਦੇ ਆਂ ਸਰੀਰ ਸਾਰਾ ਕੰਮ ਕਾਜ ਵਿੱਚ ਹੈ ਲੇਕਿਨ ਉਹ ਮਨ ਕਰਕੇ ਉਦਾਸੀ ਦੇ ਵਿੱਚ ਹਨ ਜਿਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਹੋਣਾ ਨੇ ਵਚਨ ਲਿਖਿਆ ਗੁਰਸਿੱਖ ਯੋਗੀ ਜਾਗਦੇ ਮਾਇਆ ਦੇ ਵਿੱਚ ਕਰਨ ਉਦਾਸੀ ਉਹ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਜਿਹਨੂੰ ਆਖਿਆ ਅੰਜਨ ਮਾਹੇ ਨਿਰੰਜਨ ਰਹੀਏ ਇਸ ਕਾਲਖ ਵਿੱਚ ਰਹਿੰਦਿਆਂ ਕਾਲਖ ਤੋਂ ਰਹਿਤ ਰਹਿਣਾ ਪਰਿਵਾਰ ਵਿੱਚ ਰਹਿੰਦਿਆਂ ਪਰਿਵਾਰ ਤੋਂ ਨਰਲੇ ਪ੍ਰਹਿਣਾ ਸੰਸਾਰ ਵਿੱਚ ਰਹਿੰਦਿਆਂ ਸੰਸਾਰ ਤੋਂ ਨਰਲੇ ਪ੍ਰਹਿਣਾ ਉਹਨੂੰ ਆਖਿਆ ਹੈ ਉਦਾਸ ਮਨ ਕਰਕੇ ਸਰੀਰ ਕਰਕੇ ਉਦਾਸ ਹੋਣ ਦੀ ਬਾਤ ਨਹੀਂ ਹੈ ਤਾਂ ਕਰਕੇ ਆਖਿਆ ਸੰਖ ਜੋਗ ਮਨ ਰਹੇ ਉਦਾਸ ਕਿੰਦੇ ਅਸੰਖੈ ਜੀਵ ਨੇ ਜਿਹੜੇ ਉਹ ਮਨ ਕਰਕੇ ਉਪਰਾਮਤਾ ਧਾਰਨ ਕੀਤੀ ਹੈ ਅਸੰਖ ਭਗਤ ਗੁਣ ਗਿਆਨ ਵਿਚਾਰ ਅਕਾਲ ਪੁਰਖ ਦੀ ਕੁਦਰਤ ਵਿੱਚ ਅਣਗਿਣਤੀ ਭਗਤਾਨ ਜੋ ਅਕਾਲ ਪੁਰਖ ਦੇ ਗੁਣਾ ਤੇ ਗਿਆਨ ਦੀ ਵਿਚਾਰ ਕਰ ਰਹੇ ਨੇ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਇੱਥੇ ਸਤੀ ਦਾ ਅਰਥ ਹੈ ਦਾਨੀ ਕਿਉਂਕਿ ਇੱਕ ਸਤੀ ਪ੍ਰਥਾ ਵੀ ਸੀ ਜਿਹਦਾ ਪਾਵਸੀ ਕੇ ਜੋ ਔਰਤ ਦਾ ਪਤੀ ਚਲਾ ਗਿਆ ਸੰਸਾਰ ਤੋਂ ਨੂੰ ਜੀਉਂਦੇ ਜੀ ਆਪਣੇ ਉਸ પતિ ਦੀ ਚਿਖਾ ਵਿੱਚ ਬੈਠ ਕੇ ਸੜ ਕੇ ਮਰਨਾ ਪੈਂਦਾ ਸੀ ਮਹਾਰਾਜ ਨੇ ਉਹ ਬੰਦ ਕਰਾਈ ਗੁਰੂ ਅਮਰਦਾਸ ਜੀ ਨੇ ਅਕਬਰ ਦੇ ਵੇਲੇ ਪੱਕਾ ਉਹਦੇ ਤੇ ਆਖਿਆ ਵੀ ਨਹੀਂ ਐਸਾ ਨਹੀਂ ਹੋਣਾ ਚਾਹੀਦਾ ਉਹਨੂੰ ਜਿਉਣ ਦਾ ਅਧਿਕਾਰ ਦੇਣਾ ਚਾਹੀਦਾ ਪੁਨਰ ਵਿਆਹ ਦੀ ਜਿਹੜੀ ਬਾਤਾਂ ਸ਼ੁਰੂ ਹੋਈ ਇੱਥੇ ਸਤੀ ਦਾ ਅਰਥ ਹੈ ਦਾਨੀ ਕਹਿੰਦੇ ਅਸੰਖਾਂ ਹੀ ਐਸੇ ਜਿਹੜੇ ਦਾਨਪੁਨ ਕਰਨ ਵਾਲੇ ਹਨ ਔਰ ਅਸੰਖ ਦਾਤਾਰ ਭਾਵ ਕਿ ਉਹ ਲੋਕਾਂ ਦੇ ਵਿੱਚ ਆਪਣੇ ਤੋਂ ਜਿਹੜੇ ਛੋਟੇ ਉਹਨਾਂ ਨੂੰ ਸਮਝਦੇ ਆ ਵੀ ਸਾਨੂੰ ਦਿੰਦੇ ਆ ਜਿਹੜੇ ਵੰਡਣ ਵਾਲੇ ਹਨ ਐਸੇ ਸਾਡੇ ਸਭਨਾ ਦਾ ਦਾਤਾ ਇੱਕੋ ਹੀ ਹੈ ਲੇਕਿਨ ਉਹਦੇ ਵਿੱਚ ਅਗਾਹ ਉਹਦੀਆਂ ਦਿੱਤੀਆਂ ਦਾਤਾਂ ਨੂੰ ਵਰਤੌਣ ਵਾਲੇ ਵੰਡਣ ਵਾਲੇ ਉਹ ਅਨੇਕਾਂ ਅਸੰਖ ਸੂਰਮੋ ਪਖਸਾਰ ਕਹਿੰਦੇ ਅਕਾਲ ਪੁਰਖ ਦੀ ਰਚਨਾ ਵਿੱਚ ਬੇਅੰਤ ਸੂਰਮੇ ਸੂਰ ਦਾ ਅਰਥ ਹੈ ਸੂਰਮੇ ਜੋ ਧਰਮ ਯੁੱਧ ਕੇ ਚਾਏ ਔਰ ਮੈਦਾਨੇ ਜੰਗਾ ਦੇ ਵਿੱਚ ਜਾ ਕੇ ਆਪਣੇ ਮੁਖ ਤੇ ਸ਼ਸਤਰਾਂ ਦੇ ਵਾਰ ਸਹਿੰਦੇ ਨੇ ਆਪਣੇ ਮੁਖ ਤੇ ਸ਼ਸਤਰਾਂ ਦੇ ਵਾਰ ਜਿਹੜੇ ਸਹਿੰਦੇ ਨੇ ਅਸੰਖ ਮੋਨ ਲਿਵਲਾਏ ਤਾਰ ਅਨੇਕਾਂ ਮੋਨੀ ਹਨ ਜੋ ਇੱਕ ਰਸ ਬ੍ਰਿਤੀ ਜੋੜ ਕੇ ਬੈਠ ਰਹੇ ਹਨ ਮੋਨ ਪਵਕੇ ਜਿਨ੍ਹਾਂ ਨੇ ਇੱਕ ਮੋਨ ਹੈ ਮੁਖ ਤੋਂ ਹੋਣਾ ਜਿਹੜੇ ਬੋਲਦੇ ਨਹੀਂ ਆਪਾਂ ਕਿੰਨੇ ਮੋਨੀ ਹੋ ਗਏ ਆ ਲਿਕਣ ਮਨ ਕਰਕੇ ਸਾਬ ਨੇ ਆਖਿਆ ਸੰਖਾ ਹੀ ਐਸੇ ਜੀਵਕ ਤਾਂ ਇਸ ਤਰ੍ਹਾਂ ਮੋਨੀ ਹੋਏ अनेका ਮੋਨੀ ਹਨ ਜੋ ਇੱਕ ਰਸਵ੍ਰਿਤੀ ਜੋੜ ਕੇ ਬੈਠੇ ਹੋਏ ਹਨ ਮਨ ਦੀ ਆਪਣੀ ਕਲਪਨਾ ਨੂੰ ਵੀ ਰੋਕਣਾ ਮੁਖ ਤਾਂ ਬੰਦ ਕੀਤਾ ਰਸਨਾ ਤਾਂ ਬੰਦ ਕੀਤੀ ਲੇਕਿਨ ਮਨ ਦੇ ਵਿੱਚ ਜਿਹੜਾ ਸੰਕਲਪ ਵਿਕਲਪ ਚਲਦੇ ਰਹਿ ਸਾਬ ਕਹਿੰਦੇ ਫਿਰ ਨਹੀਂ ਤਾਂ ਅਖੀਰ ਤੇ ਜਾ ਕੇ ਇਸ ਪੌੜੀ ਦੇ ਕਹਿੰਦੇ ਆ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਇੱਥੇ ਕੁਦਰਤ ਦਾ ਅਰਥ ਹੈ ਤਾਕਤ ਮੇਰੀ ਕੀ ਤਾਕਤ ਹੈ ਕਿ ਮੈਂ ਤੇਰੀ ਸ਼ੋਭਾ ਕਹਿ ਸਕਾਂ ਮੈਂ ਤਾਂ ਇੱਕ ਵਾਰ ਵੀ ਤੇਰੇ ਤੋਂ ਕੁਰਬਾਨ ਜਾਣ ਜੋਗਾ ਨਹੀਂ ਜੋ ਤੁਧ ਭਾਵੇ ਸਾਈ ਪਲੀ ਕਰ ਜੋ ਤੈਨੂੰ ਪਾਉਂਦਾ ਉਹੀ ਚੰਗਾ ਹੈ ਤੂੰ ਸਦਾ ਸਲਾਮਤ ਨਿਰੰਕਾਰ ਮਾਲਕ ਤੂੰ ਸਦਾ ਸਲਾਮਤ ਰਹਿਣ ਵਾਲਾ ਅਕਾਲ ਪੁਰਖ ਹੈ ਮਾਲਕ ਮਿਹਰ ਕਰੇ ਸਾਡੇ ਜੀਵਨ ਵਿੱਚ ਵੀ ਉਸ ਮਾਲਕ ਦੀ ਇਬਾਦਤ ਵਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੀਆਂ ਖਬਰਾਂ ਲਈ ਦੇਖਦੇ ਰਹੋ ਦੈਨਿਕ ਸਵੇਰਾ ਦੈਨਕ ਸਵੇਰਾ ਦੇਖ ਰਹੇ ਦੇਸ਼ ਵਿਦੇਸ਼ ਦੀ ਧਰਤੀ ਤੇ ਵਸਦੇ ਹੋਏ ਸੰਗਤ ਰੂਪ শ্রোਤਿਆਂ ਨੂੰ ਦਾਸ ਵੱਲੋਂ ਫਤਿਹ ਅਰਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਉਚਾਰਨ ਕੀਤੀ ਹੋਈ ਜਪਜੀ ਸਾਹਿਬ ਦੀ ਪਾਵਨ ਬਾਣੀ ਜਿਸ ਦੀ 18 ਨੰਬਰ ਪੌੜੀ ਅਸੰਖ ਮੂਰਖ ਅੰਧਕੂਰ ਅਸੰਖ ਚੋਰ ਹਰਾਮ ਖੋਰ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇਨ ਕਿ ਉਸ ਅਕਾਲ ਪੁਰਖ ਦੀ ਰਚਨਾ ਦੇ ਵਿੱਚ ਸ੍ਰਿਸ਼ਟੀ ਦੇ ਵਿੱਚ ਅਨੇਕਾਂ ਹੀ ਜੀਵ ਜਿਹੜੇ ਨੂੰ ਮੰਦ ਕਰਮੀ ਵੀ ਨੇ ਜਿੱਥੇ ਚੰਗੇ ਕਰਮਾਂ ਵਾਲਿਆਂ ਦੀ ਪਹਿਲਾਂ ਬਾਤ ਕੀਤੀ ਜਪ ਤਪ ਕਰਨ ਵਾਲਿਆਂ ਦੀ ਹੁਣ ਕਹਿੰਦੇ ਅਸੰਖਾਂ ਉਹ ਨੇ ਜਿਹੜੇ ਮਹਾਮੂਰਖ ਇੱਕ ਮੂਰਖ ਅਸੀਂ ਦੇਖਦੇ ਹਾਂ ਕਿ ਉਹਦੇ ਕੋਲੇ ਮਤ ਨਹੀਂ ਹੈ ਸਮਝ ਨਹੀਂ ਹੈ ਇੱਕ ਮੂਰਖ ਤਾਂ ਭਰਿਆ ਕਰਮ ਕਰਨ ਵਾਲਾ ਹੈ ਤਮਾਰ ਕਹਿੰਦੇ ਅਸੰਖਾਂ ਹੀ ਉਹ ਜੀਵ ਨੇ ਜਿਹੜੇ ਮੂਰਖ ਔਰ ਮੂਰਖ ਦੀ ਜਦੋਂ ਪਰਿਭਾਸ਼ਾ ਗੁਰਮਤ ਵਿੱਚ ਆਈ ਹੈ ਤਾਂ ਮਹਾਰਾਜ ਕਹਿੰਦੇ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾ ਜੇ ਪਰਮੇਸ਼ਰ ਦੀ ਇਬਾਦਤ ਨਾਲ ਨਹੀਂ ਜੁੜਦਾ ਮਨੁੱਖਾ ਜਨਮ ਧਾਰ ਕੇ ਵੀ ਉਹਦੀ ਇਬਾਦਤ ਉਹਦੀ ਬੰਦਗੀ ਨਹੀਂ ਕਰਦਾ ਤਾਂ ਇਹਦੇ ਨਾਲੋਂ ਵੱਡੀ ਹੋਰ ਨਾ ਸਮਝੀ ਮੂਰਖਤਾ ਕੀ ਹੋ ਸਕਦੀ ਉਹ ਸਭ ਨਾਲੋਂ ਵੱਡਾ ਮੂਰਖ ਹੈ ਨਿਰੰਕਾਰ ਦੀ ਰਚੀ ਹੋਈ ਸ੍ਰਿਸ਼ਟੀ ਵਿੱਚ ਨੇਕਾਂ ਹੀ ਮਹਾਮੂਰਖ ਹਨ ਅਸੰਖ ਮੂਰਖ ਅੰਧਕੋਰ ਅੰਧਕੋਰ ਦਾ ਅਰਥ ਹੁੰਦਾ ਹੈ ਮਹਾ ਮੂਰਖ ਭਾਵ ਕੇ ਬਹੁਤ ਪਰਲੇ ਦਰਜੇ ਦਾ ਜਿਵੇਂ ਆਪਾਂ ਕਹਿੰਦੀ ਸਮਝ ਹੀ ਕੋਈ ਨਹੀਂ ਫਿਰ ਕਹਿੰਦੇ ਅਸੰਖ ਚੋਰ ਹਰਾਮਖੋਰ ਅਸੰਖਾ ਹੀ ਐਸੇ ਚੋਰ ਹਰਾਮਖੋਰ ਆਪਜੀ ਹਲਾਲ ਤੇ ਹਰਾਮ ਦੋ ਸ਼ਬਦ ਜਿਹੜੇ ਆਪਾਂ ਪੜਨੇ ਉਸੇ ਤੋਂ ਹਰਾਮਖੋਰ ਬਣਿਆ ਜਿਹਦਾ ਭਾਵ ਹੈ ਕਿ ਆਪਣੇ ਹੱਕ ਦੀ ਥਾਂ ਤੇ ਦੂਜਿਆਂ ਦਾ ਹੱਕ ਜਿਹੜਾ ਹੈ ਉਹ ਖੋਹਦਾ ਹੈ ਆ ਉਹ ਇਨਸਾਨ ਹਰਾਮਖੋਰ ਵਿੱਚ ਆ ਜਾਂਦਾ ਹੈ ਉਹ ਚੋਰੀ ਵੀ ਕਰਦਾ ਹੈ ਕਿੰਨੇ ਨੇਕਾਂ ਹੀ ਜਿਹੜੇ ਨੇ ਉਹ ਚੋਰੀ ਚੋਰੀ ਕਰਕੇ ਇਸ ਤਰ੍ਹਾਂ ਰੋਟੀ ਖਾ ਰਹੇ ਬਹੁਤ ਲੋਕ ਐਸੇ ਨੇ ਉਹ ਚੋਰੀਏ ਨਹੀਂ ਕਿ ਜੋ ਸਾਹਮਣੇ ਦਿਸਦੀ ਉਹ ਹੀ ਕਰਦੇ ਨੇ ਜੇ ਅਸੀਂ ਇਨਸਾਨ ਹੋ ਕੇ ਮਾਲਕ ਦੀ ਇਬਾਦਤ ਨਹੀਂ ਕਰਦੇ ਜਿਸ ਵਾਸਤੇ ਉਹਨੇ ਭੇਜਿਆ ਤਾਂ ਅਸੀਂ ਪਰਮੇਸ਼ਰ ਦੇ ਦਰ ਦੇ ਵਿੱਚ ਚੋਰਾਂ ਅਕਾਲ ਪੁਰਖ ਦੇ ਘਰ ਦੇ ਵਿੱਚ ਚੋਰ ਹਾਂ ਤਾਂ ਕਰਕੇ ਆਖਿਆ ਕਿ ਉਹਦਾ ਮਾਲਕ ਦੇ ਦਰ ਤੋਂ ਉਹ ਸਭ ਕੁਝ ਚੁਰਾ ਰਹੇ ਨੇ ਔਰ ਨਾਲ ਕਹਿ ਦਿੱਤਾ ਹਰਾਮਖੋਰ ਦੂਸਰਿਆਂ ਦਾ ਹੱਕ ਤੇ ਗੁਰੂ ਉਹਨਾਂ ਦੀ ਹਾਮੀ ਨਹੀਂ ਭਰਦਾ ਹੱਕ ਪਰਾਇਆ ਨਾਨਕਾ ਉਹ ਸੂਰਸ ਗਾਏ ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ ਦੂਸਰਿਆਂ ਦਾ ਹੱਕ ਖਾਣ ਤੋਂ ਮਾਲਕ ਨੇ ਸਾਨੂੰ ਵਰਜਿਆ ਅਸੰਖ ਅਮਰ ਕਰ ਜਾਹੇ ਜੋਰ ਇੱਥੇ ਅਮਰ ਦਾ ਅਰਥ ਹੈ ਹੁਕਮ ਅਮਰ ਦਾ ਅਰਥ ਮਰਤਿਉ ਤੋਂ ਰਹਿਤ ਵੀ ਹੁੰਦਾ ਭਾਵੇਂ ਜਿਹੜਾ ਸੰਸਾਰ ਤੇ ਹਕੂਮਤ ਕਰਦੇ ਹੁਕਮ ਤੇ ਉਹਦੇ ਨਾਲ ਕਹਿੰਦੇ ਹਕੂਮਤ ਤਾਂ ਮਿਲੀ ਲੇਕਿਨ ਲੋਕਾਂ ਨਾਲ ਵਧੇਕੀਆਂ ਕਰਦੇ ਉਸ ਆਪਣੇ ਹੁਕਮ ਦੀ ਤਾਕਤ ਦਾ ਗਲਤ ਇਸਤੇਮਾਲ ਕਰਕੇ ਮਹਾਰਾਜ ਗੁਰਬਾਣੀ ਵਿੱਚ ਤਾਂ ਹੀ ਇੱਕ ਬਚਨ ਸੰਸਕ੍ਰਿਤ ਦੇ ਵਿੱਚ ਸ਼ਲੋਕ ਸਹਿਸਕ੍ਰਿਤੀ ਵਿੱਚ ਬਖਸ਼ਿਸ਼ ਕਰਦੇ ਆ ਦਾਨੰਗ ਪਰਾਪੂਰ ਵੇਨ ਪੁਚੰਤੇ ਮਈ ਪਤੇ ਵਿਪਰੀਤ ਬੁੱਧਯੰ ਮਾਰਤ ਲੋਕੇ ਨਾਨਕ ਚਰੰਕਾਲ ਦੁਖ ਭੋਗਤੇ ਕਹਿੰਦੇ ਫਿਰ ਉਹ ਦੁੱਖ ਭੋਗਦੇ ਨੇ ਲੋਕ ਉਹਨਾਂ ਨੂੰ ਦੁੱਖ ਭੋਗਣਾ ਪੈਂਦਾ ਹੈ ਮਾਲਕ ਦੀ ਇਬਾਦਤ ਤੋਂ ਦੀ ਬੰਦਗੀ ਵਿੱਚ ਨਾ ਜੁੜਿਆ ਹੋਣ ਕਰਕੇ ਅਸੰਖ ਅਮਰ ਕਰ ਜਾਹੇ ਜੋਰ ਫਿਰ ਉਹ ਜਿਹਨੂੰ ਅਸੀਂ ਪੰਜਾਬੀ ਵਿੱਚ ਕਹਿ ਦਿੰਨੇ ਆ ਤਪੋਂ ਰਾਜ ਤੇ ਰਾਜੋਂ ਨਰਕ ਮਾਲਕ ਨੇ ਤਾਕਤ ਦਿੱਤੀ ਪਰ ਉਸ ਤਾਕਤ ਦਾ ਇਸਤੇਮਾਲ ਨਾ ਸਹੀ ਕੀਤਾ ਗਲਤ ਤਰੀਕੇ ਨਾਲ ਕੀਤਾ ਤਾਂ ਹੀ ਉਸ ਮਾਲਕ ਦੇ ਦਰ ਤੋਂ ਫਿਰ ਉਹ ਲੋਕ ਨਕਾਰੇ ਜਾਂਦੇ ਅਗਲਾ ਬਚਨ ਕਹਿੰਦੇ ਅਸੰਖ ਗਲਵੱਡ ਹੱਤਿਆ ਕਮਾਹੇ ਅਨੇਕਾਂ ਹੀ ਖੂਨੀ ਮਨੁੱਖ ਗਲਵੱਡ ਗਲਵੱਢਣ ਵਾਲੇ ਕਾਤਲ ਲੋਕ ਜਿਹੜੇ ਨੇ ਔਰ ਗਲਵੱਡ ਰਹੇ ਹਨ ਲੋਕਾਂ ਦਾ ਅਤੇ ਅਨੇਕਾਂ ਹੀ ਪਾਪੀ ਮਨੁੱਖ ਪਾਪ ਕਮਾ ਕੇ ਆਖਰ ਇਸ ਦੁਨੀਆ ਤੋਂ ਤੁਰ ਜਾਂਦੇ ਅਸੰਖ ਪਾਪੀ ਪਾਪ ਕਰ ਜਾਂਦੇ ਦੂਸਰਿਆਂ ਦਾ ਗਲਵੱਢਣਾ ਇਹਦੇ ਦੋਨੋਂ ਹੀ ਭਾਵਨੇਕ ਤੇ ਸਪਸ਼ਟ ਰੂਪ ਵਿੱਚ ਕਿਸੇ ਨੂੰ ਸਰੀਰਕ ਮੌਤ ਦੇਣੀ ਦੂਸਰਾ ਜੋ ਧੰਨ ਗੁਰੂ ਨਾਨਕ ਸਾਹਿਬ ਨੇ ਮਲਕ ਭਾਗੋ ਨੂੰ ਸਮਝਾਇਆ ਸੀ ਵੇ ਜਿਹੜਾ ਤੂੰ ਬ੍ਰਹਮ ਭੋਜ ਕਰ ਰਿਹਾ ਹੈਂ ਇਹ ਤੇਰੀ ਆਪਣੀ ਕਮਾਈ ਦਾ ਨਹੀਂ ਹੈ ਲੋਕਾਂ ਦਾ ਖੂਨ ਵੀਟ-ਵੀਟ ਕੇ ਇਹ ਜਿਹੜੇ ਮਾਲ ਪੂੜੇ ਬਣਾਏ ਉਹਨਾਂ ਵਿੱਚੋਂ ਜੋ ਖੂਨ ਨਿਚੋੜ ਕੇ ਵਿਖਾਇਆ ਉਹਦਾ ਕਾਰ ਨਹੀਂ ਐਸੀ ਵੀ ਇਹ ਤੂੰ ਲੋਕਾਂ ਤੋਂ ਕੰਮ ਤਾਂ ਕਰਾਇਆ ਜਬਰੀ ਉਹਨਾਂ ਦਾ ਜੋ ਹੱਕ ਬਣਦਾ ਉਹ ਨਹੀਂ ਦਿੱਤਾ ਜਾ ਰਿਹਾ ਔਰ ਉਹਨਾਂ ਦਾ ਹੱਕ ਖੋ ਕੇ ਜੋ ਧਨ ਇਕੱਠਾ ਕੀਤਾ ਜਾ ਰਿਹਾ ਉਹਨਾਂ ਦੀ ਮਿਹਨਤ ਮਜ਼ਦੂਰੀ ਜੋ ਬਣਦਾ ਹਾਕਮ ਹੋ ਕੇ ਉਹ ਮਾਰੀ ਜਾ ਰਿਆਂ ਰੱਖੀ ਜਾ ਰਿਆਂ ਔਰ ਉਹਨਾਂ ਨੂੰ ਉਹਨਾਂ ਦਾ ਹੱਕ ਨਹੀਂ ਦਿੰਦਾ ਤਾ ਕਰਕੇ ਕਹਿੰਦੇ ਇਹ ਖੂਨ ਹੈ ਉਹਨਾਂ ਲੋਕਾਂ ਦਾ ਇਹੋ ਜਿਹਾ ਕਹਿੰਦੇ ਅਸੰਖ ਗਲਵੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਣ ਅਸੰਖ ਹੀ ਐਸੇ ਜੀਵ ਜਿਹੜੇ ਸੰਸਾਰ ਤੋਂ ਫਿਰ ਪਾਪ ਕਮਾ ਕੇ ਤੁਰਦੇ ਆ ਪਾਪਾਂ ਦੀ ਪੰਡ ਹੀ ਸਿਰ ਤੇ ਬੰਨ ਕੇ ਤੁਰਦੇ ਫਿਰ ਉਹਨਾਂ ਨਾਲ ਹੋਰ ਕੁਝ ਨਹੀਂ ਜਾਂਦਾ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਇਹ ਬਚਨ ਹੈ ਸਤਗੁਰੂ ਕਹਿੰਦੇ ਆ ਕਿ ਭਾਈ ਜਦੋਂ ਇਹ ਸੰਸਾਰ ਤੋਂ ਫਿਰ ਤੁਰਿਆ ਨਾ ਇਸ ਜਗਤ ਦੇ ਵਿੱਚ ਮਾਲਕ ਦੀ ਇਬਾਦਤ ਨਾ ਕੀਤੀ ਔਗਣ ਇਕੱਠੇ ਕਰਦਾ ਰਿਹਾ ਦੂਸਰਾਂ ਦੇ ਹੱਕ ਖੋਹਦਾ ਰਿਹਾ ਤਾਂ ਹੋਇਆ ਕੀ ਕਹਿੰਦੇ ਗੁਨਾ ਗਵਾਈ ਗੰਠੜੀ ਔਗਣ ਚੱਲੀ ਬੰਨ ਕਹਿੰਦੇ ਫਿਰ ਔਗਣਾ ਦੀ ਪੰਡ ਪਾਪਾਂ ਦੀ ਪੰਡ ਸਿਰ ਤੇ ਜਿਹੜਾ ਹੈ ਉਹ ਬਨ ਕੇ ਤੁਰ ਪਿਆ ਉਸ ਮਾਲਕ ਦੇ ਦਰ ਤੇ ਫਿਰ ਦੁੱਖ ਕੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਏ ਫਿਰ ਉੱਥੇ ਸੁੱਖ ਨਹੀਂ ਕੋਈ ਕਹਿੰਦੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖਾਂ ਝੂਠ ਬੋਲਣ ਵਾਲੇ ਕੂੜਿਆਰ ਝੂਠ ਬੋਲਣ ਵਾਲੇ ਤੇ ਝੂਠ ਵਿੱਚ ਹੀ ਰੁੱਝੇ ਪੈਣ ਉਹਨਾਂ ਦਾ ਕਰਮ ਹੀ ਇਹ ਹੈ ਕਿਰਤੀ ਇਹੋ ਜੀ ਹੈ ساری ਜ਼ਿੰਦਗੀ ਜਿਹੜੀ ਆ ਝੂਠ ਦੇ ਉੱਤੇ ਆਧਾਰਿਤ ਹੋ ਗਈ ਇਹੋ ਹੀ ਕਰਮ ਦੇ ਵਿੱਚ ਤੁਰੇ ਫਿਰਦੇ ਨੇ ਕਹਿੰਦੇ ਜੀਵਣੀ ਅਨੇਕਾਂ ਹੀ ਝੂਠ ਬੋਲਣ ਦੇ ਸੁਭਾਅ ਵਾਲੇ ਮਨੁੱਖ ਝੂਠ ਵਿੱਚ ਹੀ ਰੁੱਝੇ ਤੇ ਅਨੇਕਾਂ ਹੀ ਖੋਟੀ ਬੁੱਧੀ ਵਾਲੇ ਮਨੁੱਖ ਭਾਵ ਜੋ ਨਹੀਂ ਖਾਣਾ ਚਾਹੀਦਾ ਉਹ ਵੀ ਖਾਈ ਜਾ ਰਿਹਾ ਹੈ ਅਸੰਖ ਮਲੇਸ਼ ਮਲਪਖ ਖਾਂ ਜੋ ਨਹੀਂ ਖਾਣਾ ਚਾਹੀਦਾ ਉਹ ਵੀ ਖਾ ਰ ਕਿਸੇ ਦਾ ਹੱਕ ਨਹੀਂ ਖਾਣਾ ਚਾਹੀਦਾ ਕਿਸੇ ਦੇ ਨਾਲ ਐਸਾ ਕੁਝ ਨਹੀਂ ਕਹਿੰਦੇ ਜੋ ਨਹੀਂ ਖਾਣਾ ਉਹ ਖਾ ਰਹੇ ਨੇ ਜੋ ਨਹੀਂ ਕਮਾਉਣਾ ਉਹ ਕਮਾ ਰਹੇ ਨੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਅਸੰਖ ਜੀਵ ਜਿਹੜੇ ਦੂਸਰਿਆਂ ਦੀ ਨਿੰਦਾ ਕਰ ਕਰਕੇ ਉਹਨਾਂ ਦਾ ਭਾਰ ਆਪਣੇ ਸਿਰ ਤੇ ਚੁੱਕੀ ਫਿਰਦੇ ਨੇ ਤੇ ਅਨੇਕਾਂ ਜੀਵ ਜਿਹੜੇ ਨੇ ਉਹ ਇਹਨਾਂ ਕੋ ਕਰਮਾਂ ਨੂੰ ਕਰਦਿਆਂ ਹੋਇਆਂ ਆਪਣੇ ਸਿਰ ਤੇ ਭਾਰ ਐਸਾ ਚੁੱਕਦੇ ਨੇ ਤੇ ਫਿਰ ਨਾਲ ਕਹਿੰਦੇ ਆ ਕਿ ਮੈਂ ਆਪਣੇ ਆਪ ਨੂੰ ਮਹਾਰਾਜ ਕਹਿ ਕੇ ਨਾਨਕ ਨੀਚ ਕਹਿ ਵਿਚਾਰ ਆਪਣੇ ਆਪ ਨੂੰ ਨਾਲ ਕਹਿੰਦੇ ਆ ਮੈਂ ਨੀਚ ਵਿਚਾਰ ਕਹਿੰਦਾ ਹਾਂ ਔਰ ਦਾਤਾ ਤੇਰੀ ਕੁਦਰਤ ਜਿਹੜੀ ਹੈ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਮਾਲਕ ਮੇਰੇ ਵਿੱਚ ਕੀ ਤਾਕਤ ਮੈਂ ਤੇਰੀ ਵਡਿਆਈ ਕਰ ਸਕਾਂ ਜੋ ਤੈਨੂੰ ਪਾਉਂਦਾ ਉਹੀ ਭਲਾ ਹੈ ਉਹੀ ਚੰਗਾ ਹੈ ਔਰ ਤੂੰ ਸਦਾ ਸਲਾਮਤ ਰਹਿਣ ਵਾਲਾ ਨਿਰੰਕਾਰ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਗਲੀਆਂ ਹੋਰ ਖਬਰਾਂ ਲਈ ਜੁੜੇ ਰਹੋ ਦਿਨਿਕ ਸਵੇਰਾ ਦੇ ਨਾਲ ਦੇਸ਼ ਵਿਦੇਸ਼ ਦੀ ਤਰਤੀਤੇ ਵਸਦੇ ਹੋਏ ਸੰਗਤ ਰੂਪ ਸਰੋਤਿਆਂ ਨੂੰ ਦਾਸ ਵੱਲੋਂ ਫਤਿਹ ਅਰਜ਼ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਪਜੀ ਸਾਹਿਬ ਦੀ ਪਾਵਨ ਬਾਣੀ ਜਸਤੀ 19 ਨੰਬਰ ਪੌੜੀ ਅਸੰਖ ਨਾਮ ਅਸੰਖ ਥਾਨ ਅਗੰਮ ਅਗੰਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਕੁਦਰਤ ਦੇ ਨੇਕਾਂ ਜੀਵ ਤੇ ਹੋਰ ਬਿਆੰਤ ਪਦਾਰਥਾਂ ਦੇ ਅਸੰਖਾਈ ਨਾਮ ਹਨ ਅਸੰਖ ਨਾਮ ਕਿੰਦੇ ਨਾਵਾਂ ਦੀ ਵੀ ਕਿਉਂਕਿ ਆਪਾਂ ਬਹੁਤ ਸਾਰੇ ਐਸੀਆਂ ਪ੍ਰਜਾਤੀਆਂ ਚੀਜ਼ਾਂ ਜਿਨ੍ਹਾਂ ਦੇ ਨਾਮ ਆਪਾਂ ਲੈਨੇ ਪਰ ਅਨੇਕਾਂ ਨਾਮ ਔਰ ਉਹਦੇ ਤੋਂ ਬਾਅਦ ਕਹਿੰਦੇ ਥਾਂ ਟਿਕਾਣੇ ਕਿਉਂਕਿ ਬਹੁਤ ਸਾਰੀਆਂ ਐਸੀਆਂ ਥਾਵਾਂ ਜਿੱਥੇ ਤੱਕ ਅਜੇ ਕਿਸੇ ਮਨੁੱਖ ਦੀ ਪਹੁੰਚ ਤੱਕ ਵੀ ਨਹੀਂ ਹੋਈ ਮਾਲਕ ਦੇ ਬ੍ਰਹਿਮੰਡ ਦੇ ਵਿੱਚ ਬਣਾਈ ਕਾਇਨਾਤ ਦੇ ਵਿੱਚ ਐਸਾ ਕੁਝ ਹੈ ਅਸੰਖ ਥਾਮ ਅਨੇਕਾਂ ਹੀ ਥਾਵਾਂ ਨੇ ਅਗੰਮ ਅਗੰਮ ਅਸੰਖ ਲੋ ਅਸੰਖਾ ਹੀ ਐਸੇ ਭਵਨ ਨੇ ਅਗੰਮ ਜਿਹਦਾ ਅਰਥ ਆ ਅਪਹੁੰਚ ਜਿੱਥੇ ਪਹੁੰਚਿਆ ਨਹੀਂ ਜਾ ਸਕਦਾ ਜਿੱਥੋਂ ਤੱਕ ਮਨੁੱਖ ਦੀ ਪਹੁੰਚ ਨਹੀਂ ਹੈ ਕਹਿੰਦੇ ਇਹ ਉਸ ਅਕਾਲਪੁਰਖ ਫਿਰ ਨਾਲ ਕਹਿੰਦੇ ਸੰਖੇ ਸਿਰ ਭਾਰ ਹੋਏ ਕਹਿੰਦੇ ਅਸੰਖ ਵੀ ਕਹਿਣਾ ਇੱਕ ਤਾਂ ਸੰਖਿਆ ਕਰਨੀ ਬਹੁਤ ਦੂਰ ਦੀ ਬਾਤ ਹੈ ਅਸੰਖ ਵੀ ਕਹਿਣਾ ਕਹਿੰਦੇ ਵੀ ਮਨੁੱਖ ਸਾਡੇ ਤੋਂ ਭੁੱਲ ਹੋ ਰਹੀ ਹੈ ਸਿਰ ਤੇ ਭਾਰ ਹੈ ਉਹਦਾ ਤਾਂ ਅੱਖਰਾਂ ਵਿੱਚ ਬਿਆਨ ਨਹੀਂ ਹੋ ਸਕਦਾ ਤਾਂ ਹੀ ਅੱਗੇ ਸ਼ਬਦ ਵਰਤਿਆ ਅਖਰੀ ਨਾਮ ਅਖਰੀ ਸਲਾ ਭਾਵੇਂ ਅਕਾਲ ਪੁਰਖ ਦੀ ਕੁਦਰਤ ਦਾ ਲੇਖਾ ਕਰਨ ਲਈ ਲਫ਼ਜ਼ ਅਸੰਖਤਾ ਕਿਤੇ ਰਿਆ ਕੋਈ ਵੀ ਸ਼ਬਦ ਕਾਫੀ ਨਹੀਂ ਆ ਅਕਾਲ ਪੁਰਖ ਦਾ ਨਾਮ ਵੀ ਅੱਖਰਾਂ ਦੇ ਰਾਹੀਂ ਹੀ ਲਿਆ ਜਾ ਸਕਦਾ ਭਾਵੇਂ ਉਹਦਾ ਨਾਮ ਅਸੀਂ ਅੱਖਰਾਂ ਦੇ ਵਿੱਚ ਲੈਨੇ ਆ ਅੱਖਰਾਂ ਨਾਲ ਹੀ ਉਸ ਦੀ ਸਿਵਤ ਸਲਾਹ ਕੀਤੀ ਜਾਂਦੀ ਹੈ ਅਖਰੀ ਗਿਆਨ ਗੀਤ ਗੁਣਗਾ ਅੱਖਰਾਂ ਦੇ ਰਾਹੀਂ ਹੀ ਗਿਆਨ ਪ੍ਰਾਪਤ ਹੁੰਦਾ ਉਸ ਮਾਲਕ ਦੇ ਗੀਤ ਜਿਹੜੇ ਨੇ ਉਹ ਗਾਏ ਜਾ ਸਕਦੇ ਉਸ ਦੀ ਉਸਤਤ ਕੀਤੀ ਜਾ ਸਕਦੀ ਹੈ ਔਰ ਉਸ ਦੇ ਗੁਣਾ ਤੋਂ ਗਾਧਾ ਅਰਥ ਹੈ ਵਾਕਫ ਹੋਣਾ ਅਖਰੀ ਲਿਖਣ ਬੋਲਣ ਬਾਣ ਅਸੀਂ ਅੱਖਰਾਂ ਦੁਆਰਾ ਹੀ ਲਿਖਦੇ ਹਾਂ ਔਰ ਅਖਰੀ ਮੁਖ ਤੋਂ ਜਿਹੜਾ ਉਹ ਬੋਲਦੇ ਹਾਂ ਇਸੇ ਕਰਕੇ ਕਹਿੰਦੇ ਜਿਸ ਅਕਾਲ ਪੁਰਖ ਨੇ ਅਖਰਾਂ ਸਿਰ ਸੰਜੋਗ ਵਖਾਣ ਇਹ ਜੀਵਾਂ ਦੇ ਸੰਜੋਗ ਇਹ ਅਖਰਾਂ ਵਿੱਚ ਹੀ ਲਿਖੇ ਨੇ ਸਾਰੇ ਮਿਲਣਾ ਗਿਲਣਾ ਸੰਜੋਗ ਮਿਲਾਪ ਨੂੰ ਕਹਿੰਦੇ ਵਿਜੋਗ ਵਿਛੋੜੇ ਨੂੰ ਕਹਿੰਦੇ ਅਸਾਂ ਅੱਖਰਾਂ ਸਿਰ ਸੰਜੋਗ ਵਖਾਣ ਪਰ ਨਾਲ ਕਹਿੰਦੇ ਐ ਜਿਨ ਇਹ ਲਿਖੇ ਤੇ ਸਿਰ ਨਾਹੀਂ ਕਹਿੰਦੇ ਜਿ ਫਰਮਾਇ ਤੇ ਉਤੇ ਪਾਹੀਂ ਪਰ ਜਿਨ ਨੇ ਇਹ ਲਿਖਿਆ ਨਾ ਅੱਖਰ ਜੋ ਅਕਾਲ ਪੁਰਖ ਪਰਮੇਸ਼ਰ ਐ ਬਣਾਉਣ ਵਾਲਾ ਉਹਦੇ ਸਿਰ ਤੇ ਇਹਨਾਂ ਅੱਖਰਾਂ ਦਾ ਲੇਖ ਨਹੀਂ ਐ ਉਸ ਮਾਲਕ ਦਾ ਉਹਨਾਂ ਅੱਖਰਾਂ ਦੇ ਉਹਦੇ ਉੱਤੇ ਉਹ ਲਿਖੇ ਤੋਂ ਬਾਹਰ ਔਰ ਜਿਵੇਂ ਉਹ ਫਰਮਾਉਂਦਾ ਹੈ ਜਿਵੇਂ ਉਹਦਾ ਹੁਕਮ ਐ ਉਹਦੀ ਆਗਿਆ ਹੈ ਤੇਵੇਂ ਤੇਵੇਂ ਇਹ ਜੀਵ ਜਿਹੜੇ ਨੇ ਉਸ ਕਾਰ ਦੇ ਵਿੱਚ ਉਸ ਕੰਮ ਦੇ ਵਿੱਚ ਉਸ ਕਾਜ ਦੇ ਵਿੱਚ ਲੱਗੇ ਹੋਏ ਨੇ ਅਗਲਾ ਬਚਨ ਨਾਲ ਕਹਿੰਦੇ ਆ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੇਂ ਨਾਹੀਂ ਕੋਥਾਂ ਕਹਿੰਦੇ ਜੇਤਾ ਕੀਤਾ ਤੇਤਾ ਨਾਉ ਇਹ ਸੰਸਾਰ ਜੋ ਅਕਾਲ ਪੁਰਖ ਨੇ ਬਣਾਇਆ ਉਸ ਦਾ ਸਰੂਪ ਹੈ ਉਸ ਜੇਤਾ ਕੀਤਾ ਤੇਤਾ ਨਾਉ ਉਸੇ ਦਾ ਸਰੂਪ ਹੈ ਔਰ ਕੋਈ ਥਾਂ ਕਾਲਪੁਰਖ ਤੋਂ ਖਾਲੀ ਨਹੀਂ ਵਿਣ ਨਾਵੇਂ ਨਾਹੀਂ ਕੋਥਾਂ ਉਹਦੇ ਤੋਂ ਬਿਨਾ ਕੋਈ ਥਾਂ ਐਸੀ ਨਹੀਂ ਕਿ ਜਿੱਥੇ ਪਰਮੇਸ਼ਰ ਨਹੀਂ ਹੈ ਬਹੁਤ ਥਾਵਾਂ 'ਤੇ ਕੋਈ ਚੀਜ਼ਾਂ ਦੇ ਭਾਵੇਂ ਦਾਅਵੇ ਕੀਤੇ ਜਾਂਦੇ ਆ ਪਰ ਉਹ ਚੀਜ਼ਾਂ ਦੀ ਰੇਂਜ ਉੱਥੇ ਨਹੀਂ ਹੋ ਸਕਦੀ ਪਰ ਜਦੋਂ ਅਕਾਲ ਪੁਰਖ ਦੀ ਬਾਤ ਆਉਂਦੀ ਹੈ ਪਰਮੇਸ਼ਰ ਦੀ ਬਾਤ ਆਉਂਦੀ ਹੈ ਸਾਬ ਕਹਿੰਦੇ ਉਹਦੇ ਵਾਸਤੇ ਨਹੀਂ ਕਿਹਾ ਜਾ ਸਕਦਾ ਵੀ ਫਲਾਣੀ ਥਾਂ 'ਤੇ ਰੱਬ ਹੈ ਨਹੀਂ ਫਲਾਣੀ ਦਿਸ਼ਾ ਵਿੱਚ ਰੱਬ ਹੈ ਨਹੀਂ ਕਿਉਂਕਿ ਉਹ ਤੇ ਸਭ ਥਾਵਾਂ 'ਤੇ ਹੈ ਸਭ ਦਿਸ਼ਾਵਾਂ ਦੇ ਵਿੱਚ ਹੈ ਸਭ ਰੂਪਾਂ ਦੇ ਵਿੱਚ ਹੈ ਤਾਈਏ ਬਚਨ ਵਰਤੇ ਨੇ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਨਾ ਇੱਕੋ ਹੀ ਮਾਲਕ ਜਿਹੜਾ ਸਮਾਇਆ ਹੋਇਆ ਕਹਿੰਦੇ ਕੋਈ ਵੀ ਥਾਂ ਨਹੀਂ ਤੂੰ ਸਭ ਨਹੀਂ ਥਾਈ ਜਿੱਥੇ ਹੋਂ ਜਾਇ ਮੈਂ ਜਿੱਥੇ ਵੀ ਜਾਂਦਾ ਹਾਂ ਤੂੰ ਹਰ ਥਾਂ ਤੇ ਚਾਹੇ ਉਹ ਕੋਈ ਦੇਸ਼ ਹੈ ਕੋਈ ਥਾਂ ਹੈ ਜਿੱਥੇ ਲੋਕ ਨਹੀਂ ਵੀ ਵਸਦੇ ਰੱਬ ਤਾਂ ਉੱਥੇ ਵੀ ਹੈ ਅਕਾਲ ਪੁਰਖ ਤਾਂ ਉੱਥੇ ਵੀ ਹੈ ਤਾਂ ਮਹਾਰਾਜ ਅਖੀਰ ਤੇ ਫਿਰ ਕਹਿੰਦੇ ਆ ਕੁਦਰਤ ਕਵਣ ਕਹਾ ਵਿਚਾਰ ਕੁਦਰਤ ਦਾ ਅਰਥ ਇੱਥੇ ਫਿਰ ਤਾਕਤ ਹੈ ਕਿਉਂਕਿ ਇੱਕ ਕੁਦਰਤ ਦਾ ਅਰਥ ਨੇਚਰ ਤੋਂ ਵੀ ਆਉਂਦਾ ਹੈ ਲੇਕਿਨ ਇੱਥੇ ਕੁਦਰਤ ਦਾ ਅਰਥ ਹੈ ਤਾਕਤ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਮੇਰੇ ਵਿੱਚ ਉਹ ਤਾਕਤ ਨਹੀਂ ਕਿ ਮੈਂ ਕਰਤਾਰ ਦੀ ਕੁਦਰਤ ਦੀ ਵਿਚਾਰ ਕਰ ਸਕਾਂ ਮੈਂ ਉਹਦੇ ਬਾਬਤ ਕੁਝ ਕਹਿ ਸਕਾਂ ਨਾਲ ਕਹਿੰਦੇ ਆ ਵਾਰਿਆ ਨਾ ਜਾਵਾਂ ਏਕ ਵਾਰ ਮੈਂ ਇੱਕ ਵਾਰ ਵੀ ਉਸ ਮਾਲਕ ਤੋਂ ਕੁਰਬਾਨ ਨਹੀਂ ਇੱਕ ਵਾਰ ਵੀ ਉਹਦੇ ਤੋਂ ਬਿਲੇਹਾਰ ਨਹੀਂ ਜਾ ਸਕਦਾ ਮੇਰੀ ਕੀ ਤਾਕਤ ਹੈ ਮੈਂ ਉਹਦੇ ਤੋਂ ਵਾਰਨੇ ਜਾ ਸਕਾਂ ਫਿਰ ਕਹਿੰਦੇ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਕਹਿੰਦੇ ਜੋ ਤੈਨੂੰ ਪਾਉਂਦਾ ਹੈ ਰੱਬ ਦਾ ਪਿਆਰਾ ਜਿਹੜਾ ਸਦਾ ਹੀ ਉਹਦੀ ਰਜ਼ਾ ਦੇ ਵਿੱਚ ਉਹਦੇ ਹੁਕਮ ਦੇ ਵਿੱਚ ਉਹ ਜੋ ਕੁਝ ਹੋਇਆ ਉਹ ਵੀ ਕਹਿੰਦਾ ਤੇਰੀ ਰਜ਼ਾ ਹੈ ਜੋ ਹੋਏਗਾ ਕੋਈ ਤੇਰੀ ਰਜ਼ਾ ਹੈ ਤੂੰ ਹੈ ਹੈ ਵਾਹੋ ਤੇਰੀ ਰਜ਼ਾ ਹੈ ਜੋ ਕਿਛ ਕਰੈ ਸੋਈ ਪਰ ਹੋਏ ਬਾ ਅਵਰ ਨਾ ਕਰਨਾ ਜਾਏ ਕਹਿੰਦੇ ਜੋ ਕੁਛ ਤੂੰ ਕਰੇਗਾ ਉਹੀ ਹੋਏਗਾ ਤੇ ਮਾਲਕ ਤੇਰੀ ਰਜ਼ਾ ਦੇ ਵਿੱਚ ਹੀ ਸੁੱਖ ਹੈ ਤੇਰੇ ਬਾਣੇ ਵਿੱਚ ਹੀ ਸੁੱਖ ਹੈ ਜਦੋਂ ਕੋਈ ਮਨੁੱਖ ਤੇਰੀ ਰਜ਼ਾ ਨੂੰ ਸਮਝ ਲੈਂਦਾ ਹੈ ਤੇਰੇ ਬਾਣੇ ਨੂੰ ਸਮਝ ਲੈਂਦਾ ਉਹ ਕਦੇ ਦੁਖੀ ਨਹੀਂ ਹੋ ਸਕਦਾ ਜਿਨੂੰ ਇਹ ਸਮਝ ਆ ਗਈ ਨਾ ਵੀ ਜੋ ਕੁਝ ਵੀ ਹੋ ਰਿਹਾ ਹੈ ਮਾਲਕ ਕੇ ਤੇਰਾ ਹੁਕਮ ਹੈ ਤੇਰੀ ਰਜਾ ਹੈ ਇਹ ਤੇਰਾ ਬਾਣਾ ਹੈ ਫਿਰ ਉਸ ਮਾਲਕ ਦੇ ਪਾਉਣ ਤਾਂ ਫਿਰ ਕਹਿੰਦਾ ਆਪੇ ਹਰ ਇੱਕ ਰੰਗ ਹੈ ਆਪੇ ਬਹ ਰੰਗੀ ਜੋ ਤਿਸ ਭਾਵੇ ਨਾਨਕ ਕਾ ਸਾਈ ਗੱਲ ਚੰਗੀ ਔਰ ਜਦੋਂ ਅਸੀਂ ਉਸ ਮਾਲਕ ਦੀ ਰਜਾ ਨੂੰ ਉਹਦੇ ਬਾਣੇ ਨੂੰ ਹੁਕਮ ਨੂੰ ਸਮਝ ਲੈਨੇ ਆ ਫਿਰ ਜ਼ਿੰਦਗੀ ਵਿੱਚ ਬੰਦਾ ਕਦੇ ਨਹੀਂ ਕਹਿੰਦਾ ਵੀ ਇਹ ਤਾਂ ਨਹੀਂ ਸੀ ਹੋਣਾ ਚਾਹੀਦਾ ਇੱਕਵੇਂ ਹੋ ਗਿਆ ਇਸ ਤਰ੍ਹਾਂ ਕਿਵੇਂ ਹੋ ਗਿਆ ਫਿਰ ਉਹ ਕਹਿੰਦਾ ਉਹੀ ਕੁਝ ਹੋਇਆ ਜੋ ਉਸ ਮਾਲਕ ਨੇ ਕੀਤਾ ਕਿਉਂਕਿ ਸਾਡੇ ਤਾਂ ਵਾਸੀ ਕੁਝ ਨਹੀਂ ਕੀਤਾ ਕਰਨਾ ਸਰ ਵਰ ਜਾਈ ਕਿਛ ਕੀਚਾ ਜੇ ਕਰ ਸਕੀਏ ਆਪਣਾ ਕੀਤਾ ਕਿਛ ਨਾ ਹੋਵੇ ਜਿਉ ਹਰ ਭਾਵੇ ਤਉ ਰੱਖੀ ਹੈ ਮਹਾਰਜ ਕਹਿੰਦੇ ਜੋ ਤਉ ਭਾਵੇ ਸਾਈ ਪਲੀਕਾਰੋ ਹੋਈ ਚੰਗਾ ਹੈ ਮੇਰੇ ਵਾਸਤੇ ਤੂੰ ਸਦਾ ਸਲਾਮਤ ਨਿਰੰਕਾਰ ਤੂੰ ਸਦਾ ਸਲਾਮਤ ਰਹਿਣ ਵਾਲਾ ਹੇ ਨਿਰੰਕਾਰ ਵਾਹਿਗੁਰੂ ਅਕਾਲ ਪੁਰਖ ਜੀ ਮੈਂ ਤੇਰੇ ਤੋਂ ਬਿਲੇ ਹਾਰ ਜਾਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਨਿਕ ਸਵੇਰਾ ਦੇ ਨਾਲ ਦਿਨਿਕ ਸਵੇਰਾ ਦੇਖ ਰਹੇ ਦੇਸ਼ ਵਿਦੇਸ਼ ਦੀ ਤਰਤੀਤੇ ਸੰਗਤ ਰੂਪ ਸਰੋਤਿਆਂ ਨੂੰ 10 ਵੱਲੋਂ ਫਤਿਹ ਅਰਜ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ ਪਾਵਨ ਪਵਿੱਤਰ ਜਪਜੀ ਸਾਹਿਬ ਦੀ ਬਾਣੀ ਜਸਤੀ ਅੱਜ ਆਪਾਂ 20 ਨੰਬਰ ਪੌੜੀ ਸਾਂਝੀ ਕਰਨੀ ਹੈ ਭਰਿਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸ ਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਤੋਏ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਪਾਵਨ ਪੌੜੀ ਅੰਦਰ ਬਖਸ਼ਿਸ਼ ਕਰ ਰਹੇ ਨੇ ਕਿਉਂਕਿ ਧਰਮ ਦੀ ਦੁਨੀਆ ਦੇ ਵਿੱਚ ਸੁੱਚ ਭਿੱਟ ਦਾ ਬੜਾ ਵੱਡਾ ਬੋਲਬਾਲਾ ਔਰ ਇਥੋਂ ਤੱਕ ਕਿ ਲੋਕ ਇੱਕ ਦੂਸਰੇ ਦੇ ਕੁ ਸਮਾਂ ਸੀ ਜਦੋਂ ਪਰਸ਼ਾਵੇਂ ਤੋਂ ਵੀ ਪੈਖਾਂਦੇ ਵੀ ਮੇਰੇ ਉੱਤੇ ਕਿਸੇ ਨੀਚ ਦਾ ਪਰਸ਼ਾਵਾ ਪੈ ਗਿਆ ਇਹ ਹੋ ਜਾਏਗਾ ਐਸਾ ਕੁਝ ਹੋ ਜਾਏਗਾ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜੀਵਨ ਦੀ ਇੱਕ ਬੜੀ ਪਿਆਰੀ ਘਟਨਾ ਹੈ ਸਤਗੁਰੂ ਜਦੋਂ ਹਰਦਵਾਰ ਦੀ ਧਰਤੀ ਤੇ ਮਹਾਰਾਜ ਪਹੁੰਚਦੇ ਆ ਤਾਂ ਉੱਥੇ ਇੱਕ ਪਾਂਡਾ ਜੋ ਆਪਣਾ ਚੌਂਕਾ ਬਣਾ ਕੇ ਲੱਕੜਾਂ ਨੂੰ ਧੋ ਕੇ ਸੁੱਚੀਆਂ ਕਰਕੇ ਚਾਰ ਚਫੇਰੇ ਉਹਦੇ ਲਕੀਰਾਂ ਕੱਢ ਕੇ ਤੇ ਐਸਾ ਕੁਝ ਕਰ ਰਿਹਾ ਹੈ ਕਿ ਮੈਂ ਖਾਣਾ ਬਣਾਉਣਾ ਹੈ ਸੁੱਚਮ ਰੱਖਣੀ ਹੈ ਐਸਾ ਕੁਝ ਕਰਨ ਤਾਂ ਬਾਬਾ ਮਰਦਾਨਾ ਜੀ ਉਧਰ ਮਹਾਰਾਜ ਗੁਰੂ ਨਾਨਕ ਸਾਹਿਬ ਉਹਨਾਂ ਨੇ ਵੀ ਪ੍ਰਸ਼ਾਦਾ ਬਣਾਉਣਾ ਸੀ ਤਾਂ ਉਹਨਾਂ ਸਮਿਆਂ ਵਿੱਚ ਅੱਗ ਦੇ ਐਸੇ ਸਾਧ ਨਹੀਂ ਸੰਤਾ ਜਦੋਂ ਭੇਜਿਆ ਵੀ ਜਾ ਤੂੰ ਉਹ ਸਾਹਮਣੇ ਅੱਗ 'ਤੇ ਹੀ ਬਲਦੀ ਉਹਦੇ ਕੋਲੋਂ ਅੱਗ ਲੈ ਆ ਤਾਂ ਉਹ ਜਦੋਂ ਅੱਗ ਲੈਣ ਵਾਸਤੇ ਗਿਆ ਤਾਂ ਜਾ ਕੇ ਆਖਿਆ ਕਿ ਮੈਨੂੰ ਵੀ ਪਾਂਡਾ ਜੀ ਥੋੜੀ ਜੀ ਅਗਣੀ ਦੇ ਦਿਓ ਅਸੀਂ ਵੀ ਰੋਟੀ ਬਣਾਉਣੀ ਕਹਿੰਦੇ ਤੂੰ ਕੌਣ ਹੈ ਤੇ ਬਾਬੇ ਮਰਦਾਨੇ ਨੇ ਆਖਿਆ ਮੈਂ ਤਾਂ ਡੂਮ ਐ ਤਾਂ ਡੂਮ ਦਾ ਅਰਥ ਸੀ ਮਰਾਸੀ ਤਾਂ ਉਹਨਾਂ ਜਦੋਂ ਆਖਿਆ ਤੂੰ ਡੂਮ ਐ ਉਹ ਕਹਿੰਦਾ ਤੂੰ ਤਾਂ ਛੂਦਰ ਐ ਮੇਰਾ ਸਭ ਕੁਝ ਕੀਤਾ ਕਰਾਇਆ ਤੂੰ ਜਿਹੜਾ ਉਹ ਭਿੱਟ ਦਿੱਤਾ ਤੇਰੇ ਨਾਲ ਐਸਾ ਕੁਝ ਹੋਇਆ ਤੇਰੇ ਪਰਛਾਵੇਂ ਨਾਲ ਔਰ ਉਹ ਸਵੇਰ ਦਾ ਕਿਉਂਕਿ ਤਿਆਰੀ ਵਿੱਚ ਲੱਗਾ ਭੁੱਖ ਵੀ ਲੱਗੀ ਸੀ ਤਾਂ ਗੁੱਸੇ ਵਿੱਚ ਆ ਕੇ ਬਲਦੀ ਹੋਈ ਇੱਕ ਲੱਕੜ ਲੈ ਕੇ ਬਾਬੇ ਮਰਦਾਨੇ ਨੂੰ ਮਾਰਨ ਪੈ ਗਿਆ ਉਹ ਅੱਗੇ-ਅੱਗੇ ਭੱਜੇ ਗੁਰੂ ਨਾਨਕ ਸਾਹਿਬ ਤੱਕ ਪਹੁੰਚਿਆ ਤੇ ਬਾਬਾ ਮਰਦਾਨਾ ਗੁਰੂ ਨਾਨਕ ਸਾਹਿਬ ਦੇ ਪਿੱਛੇ ਛੁਪ ਗਿਆ ਜਾ ਕੇ ਗੁਰੂ ਨਾਨਕ ਸਾਹਿਬ ਜਾਣਦੇ ਸਭ ਕੁਝ ਨੇ ਸਤਿਗੁਰਾਂ ਨੇ ਥੋੜਾ ਜਿਹਾ ਮੁਸਕਰਾ ਕੇ ਆਖਿਆ ਕਿੰਦੇ ਪੰਡਤ ਜੀ ਇੰਨੀ ਤੁਸੀਂ ਖੇਚਲ ਕਿਉਂ ਕੀਤੀ ਐ ਅਗ ਆਪ ਦੇਣ ਵਾਸਤੇ ਆ ਗਏ ਹੋ ਇਹ ਤਾਂ ਮੈਂ ਭੇਜਿਆ ਸੀ ਇਹਨੂੰ ਦੇ ਦੇਣੀ ਹੈ ਲੈ ਆਉਂਦਾ ਉਹ ਕਹਿੰਦੇ ਮੈਂ ਅੱਗ ਦੇਣ ਨਹੀਂ ਮੈਂ ਤਾਂ ਸੜਨ ਵਾਸਤੇ ਆ ਮੇਰਾ ਇੰਨੀ ਸੋਚ ਕੀਤੀ ਸਭ ਕੁਝ ਇਹਨੇ ਪਿੱਟ ਕੇ ਰੱਖ ਦਿੱਤਾ ਤਾਂ ਧੰਗੁਰੂ ਨਾਨਕ ਸਾਹਿਬ ਕਹਿੰਦੇ ਆ ਵੀ ਤੁਹਾਨੂੰ ਬਾਹਰ ਦਿਸਦਾ ਢੂਮ ਜਾਂ ਇਹੋ ਜਿਹਾ ਤਾਂ ਲੱਗਦਾ ਵੀ ਨੀਚ ਦਾ ਪ੍ਰਸ਼ਾਵਾਂ ਪੈ ਗਿਆ ਟੱਚ ਹੋ ਗਿਆ ਤੇ ਮੈਂ ਪਿੱਟਿਆ ਗਿਆ ਪਰ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਤੁਹਾਡੇ ਅੰਦਰ ਕਿੰਨੀਆਂ ਅਲੰਤਾਂ ਬੈਠੀਆਂ ਨੇ ਤਾਂ ਮਹਾਰਾਜ ਨੇ ਉੱਥੇ ਬਚਨ ਵਰਤਿਆ ਕਬੁੱਧ ਢੂਮਣੀ ਕੁਦਯਾ ਕਸਾਇਨ ਪਰ ਨਿੰਦਾ ਘਟ ਚੂੜੀ ਅਗਨ ਕਰੋਧ ਚੰਡਾਲ ਕਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ ਬੇ ਜਦੋਂ ਅੰਦਰੋਂ ਇਹ ਚੀਜ਼ ਨਾ ਕੱਢੀ ਤਾਂ ਬਾਹਰ ਇਹਨਾਂ ਚੀਜ਼ਾਂ ਦਾ ਫਿਰ ਜਿਹੜਾ ਹੈ ਉਹ ਕੀ ਫਾਇਦਾ ਹੋਇਆ ਬਾਹਰ ਦੀ ਸੁਚਮ ਦਾ ਤੇਰੇ ਸੁਭਾਅ ਵਿੱਚ ਇਹ ਚੀਜ਼ਾਂ ਹਨ ਤਾਂ ਮਹਾਰਾਜ ਇੱਥੇ ਵੀ ਜਿਹੜਾ ਪਹਿਲਾਂ ਦੋ ਉਦਾਹਰਨਾਂ ਦਿੰਦੇ ਆਂ ਕਹਿੰਦੇ ਜੇ ਹੱਥ ਜਾਂ ਸਰੀਰ ਸਾਡਾ ਘੱਟੇ ਮਿੱਟੀ ਦੇ ਨਾਲ ਲਿਬੜ ਜਾਏ ਭਰੀਏ ਹੱਥ ਪੈਰ ਤਨ ਦੇ ਤੇ ਇਹ ਜਿਹੜੀ ਪਾਣੀ ਤੁੱਟੇ ਉਤਰ ਸਖੇ ਖੇ ਆ ਦਾ ਅਰਥ ਹੈ ਮਿੱਟੀ ਉਹ ਮਿੱਟੀ ਸੁਭਾਵਿਕ ਜੀ ਬਾਤ ਐ ਵੀ ਸਾਡੀ ਉੱਤਰ ਜਾਏਗੀ ਪਾਣੀ ਦੇ ਨਾਲ ਤੇ ਜੇ ਉਹਦੇ ਤੋਂ ਬਾਅਦ ਜੇ ਸਾਡੇ ਕੇਵਲ ਤਨ ਨੂੰ ਮਿੱਟੀ ਲੱਗੀ ਐ ਤੇ ਅਸੀਂ ਪਾਣੀ ਨਾਲ ਧੋਵਾਂਗੇ ਧੁੱਪ ਜਾਏਗੀ ਇਹ ਸਾਧਨ ਐ ਮੂਤ ਪਲੀਤੀ ਕੱਪੜ ਹੋਏ ਜੇ ਕੋਈ ਕੱਪੜਾ ਮੂਤਰ ਇਤਿਆਦਿਕ ਜਿਹੜਾ ਗੰਦਗੀ ਦੇ ਨਾਲ ਗੰਦਾ ਹੋ ਜਾਏ ਜਿਵੇਂ ਬੱਚੇ ਬਾਥਰੂਮ ਵਗੈਰਾ ਵਿੱਚ ਕਿਰਿਆ ਕਰ ਦਿੰਦੇ ਆ ਤਾਂ ਫਿਰ ਦੇ ਸਾਬੂਨ ਲਈਏ ਉਹ ਧੋਏ ਤਾਂ ਉਸ ਕੱਪੜੇ ਨੂੰ ਫਿਰ ਸਾਬਣ ਲਾਉਣਾ ਪੈਂਦਾ ਇਕੱਲੇ ਪਾਣੀ ਨਾਲ ਬਾਤ ਨਹੀਂ ਬਣਦੀ ਉਹਨੂੰ ਸਾਬਣ ਲਾ ਕੇ ਧੋਣਾ ਪੈਂਦਾ ਤਾਂ ਜਾ ਕੇ ਉਹ ਠੀਕ ਹੁੰਦਾ ਹੈ ਦੇ ਸਾਬੂਨ ਲਈਏ ਉਹ ਧੋਏ ਉਹਨੂੰ ਸਾਬਣ ਲਾ ਕੇ ਧੋਣਾ ਪੈਂਦਾ ਤਾਂ ਜਾ ਕੇ ਉਹ ਠੀਕ ਹੁੰਦਾ ਤਮਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਤੀਸਰੀ ਬਾਤ ਪਹਿਲਾਂ ਸਰੀਰ ਦੀ ਉਦਾਹਰਣ ਦਿੱਤੀ ਫਿਰ ਕੱਪੜਿਆਂ ਦੀ ਦਿੱਤੀ ਹੁਣ ਕਹਿੰਦੇ ਭਰੀਏ ਮਤ ਪਾਪਾਂ ਕੇ ਸੰਗੋ ਤੋਪੇ ਨਾਵੇਂ ਕੇ ਰੰਗ ਕਹਿੰਦੇ ਜਦੋਂ ਮਨੁੱਖ ਦੀ ਬੁੱਧੀ ਮਤ ਬੁੱਧੀ ਜਿਹੜੀ ਉਹ ਪਾਪਾਂ ਦੇ ਨਾਲ ਮਲੀਨ ਹੋ ਜਾਏ ਤਾਂ ਭਾਈ ਉਹਨੂੰ ਫਿਰ ਧੋਣ ਵਾਸਤੇ ਨਾ ਤਾਂ ਸਾਬਣ ਕੰਮ ਕਰ ਸਕਦਾ ਨਾ ਪਾਣੀ ਕੱਲਾ ਕੰਮ ਕਰ ਸਕਦਾ ਉਹਨੂੰ ਧੋਣ ਦਾ ਤਰੀਕਾ ਹੈ ਉਹ ਧੋਪੈ ਨਾਵੇਂ ਕੇ ਰੰਗ ਉਹ ਪਾਪ ਅਕਾਲ ਪੁਰਖ ਦੇ ਨਾਮ ਨੂੰ ਅਰਧ ਨਾਲ ਉਹਦੀ ਇਬਾਦਤ ਦੇ ਨਾਲ ਦੂਰ ਹੁੰਦੇ ਨੇ ਵੈਸੇ ਦੂਰ ਨਹੀਂ ਹੋ ਸਕਦੇ ਸਮਾਰਾ ਸੱਚੇ ਪਾਤਸ਼ਾਹ ਨੇ ਉਸ ਨਾਮ ਦੇ ਆਰਾਧਨ ਦੀ ਦਾਤ ਸਾਨੂੰ ਦਿੱਤੀ ਹੈ ਇਹ ਥੋੜਾ ਜਿਹਾ ਵਿਸ਼ਾ ਐਸਾ ਹੈ ਜਿਹਨੂੰ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ ਆਪਾਂ ਅੱਧਾ ਪੌੜੀ ਦਾ ਭਾਗ ਅਗਲੇ ਹਿੱਸੇ ਵਿੱਚ ਅਗਲੇ ਭਾਗ ਵਿੱਚ ਆਪ ਜੀ ਦੇ ਸਨਮੁਖ ਰੱਖਾਂਗੇ ਇਨੀਆਂ ਕੋ ਬੇਨਤੀਆਂ ਪ੍ਰਵਾਨ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੀਆਂ ਖਬਰਾਂ ਦੇ ਲਈ ਜੁੜੇ ਰਹੋ ਦੈਨਿਕ ਸਵੇਰਾ ਦੇ ਨਾਲ